ਉਹਨਾਂ ਦੀ ਮੰਜ਼ਿਲ ਬਠਿੰਡਾ ਹੈ, ਸਾਡੀ ਮੰਜ਼ਿਲ ਹੈ ਕਿਸਾਨੀ ਤੇ ਮਜ਼ਦੂਰਾਂ ਨੂੰ ਮੁਕਤ ਕਰਾਉਣਾ। ਕਿਸਾਨੀ ਦੀ ਹੁੰਦੀ ਲੁੱਟ ਨੂੰ ਖਤਮ ਕਰਾਉਣਾ ਤੇ ਕਿਸਾਨੀ ਨੂੰ ਇੱਕ ਪਵਿੱਤਰ ਕਾਰਜ ਬਣਾਉਣਾ, ਵੀ ਬੰਦਾ ਮਾਣ ਮਹਿਸੂਸ ਕਰੇ। ਹੁਣ ਜੇ ਕੋਈ ਮੁੰਡੇ ਨੂੰ ਰਿਸ਼ਤਾ ਕਰਨ ਆ ਜਾਵੇ ਨਾ, ਬੰਦਾ ਪੁੱਛ ਲਵੇ ਮੁੰਡਾ ਕੀ ਕਰਦਾ ਹੈ। ਜੇ ਮੁੰਡਾ ਵਾਹੀ ਕਰਦਾ ਤਾਂ ਅਗਲਾ ਮੂੰਹ ਹੀ ਮੀਟ ਜਾਂਦਾ, ਵੀ ਮੈਂ ਕਿਵੇਂ ਆਖਾਂ ਵਾਹੀ ਕਰਦਾ, ਨਾ ਰਿਸ਼ਤਾ ਹੀ ਨਹੀਂ ਕਰਨਾ। ਵੀ ਵਾਹੀ ਕਰਦਾ ਫਿਰ ਕੀ ਫਾਇਦਾ, ਭੁੱਖਾ ਹੀ ਮਰਦਾ ਹੋਣਾ। ਤਾਂ ਇਸ ਮਤਲਬ ਸੱਚੀ ਸੁੱਚੀ ਕਿਰਤ ਨੂੰ ਬਚਾਉਣਾ ਸਾਡੀ ਮੰਜ਼ਲ। ਹੁਣ ਉਹ ਆਹ ਜਿਹੜੀ ਇੱਥੋਂ ਲੀਹ ਟੱਪਦੀ ਏ, ਤੁਹਾਡੇ ਪਿੰਡੋਂ ਕੋਈ ਗੱਡੀ ਟੱਪੀ ਕਦੇ ਟ੍ਰੇਨ? ਭਾਟੇ ਵਾਲਿਆਂ ਦੇ ਪਿੰਡੋਂ ਕਦੇ ਟ੍ਰੇਨ ਟੱਪੀ ਏ? ਪੰਜੇਕੇ ਵਾਲਿਆਂ ਦੇ ਪਿੰਡੋਂ ਕਦੇ ਟ੍ਰੇਨ ਟੱਪੀ ਏ? ਕਿਉਂ ਨੀ ਟੱਪਦੀ? ਉੱਥੇ ਲੈਣ ਕੋ ਨਹੀਂ ਗੀ, ਗੱਡੀ ਚੱਲਦੀ ਲੈਣ ਤੇ। ਸਾਡੀ ਜਥੇਬੰਦੀ ਦੀ ਵੀ ਗੱਡੀ ਦੀ ਆਹ ਲੈਣ ਏ। ਇਹਦੇ ਤੋਂ ਬਿਨਾਂ ਗੱਡੀ ਨਹੀਂ ਚੱਲ ਸਕਦੀ। ਜਿਵੇਂ ਤੁਹਾਡੇ ਪਿੰਡਾਂ ਚ ਨੀ ਗੱਡੀ ਚੱਲਦੀ, ਗੱਡੀ ਪਟੜੀ ਤੇ ਚੱਲਦੀ ਏ। ਜਿਹੜੀ ਉਦਣ ਵੀ ਗੱਲ ਕੀਤੀ ਸੀ ਵੀ ਪ੍ਰਧਾਨ ਦਾ ਸਾਡਾ ਇੰਜਣ, ਉਹਨੇ ਸਾਡੀ ਗੱਡੀ ਨੂੰ ਲੀਹਾਂ ਦੇ ਉੱਤੇ ਉੱਤੇ ਭਜਾਉਣਾ ਏ ਤੇ ਫਾਜ਼ਿਲਕਾ ਪਹੁੰਚਾਉਣਾ ਹੈ, ਸਾਡੀ ਮੰਜ਼ਿਲ ਤੇ ਪਹੁੰਚਾਉਣਾ। ਪਰ ਜੇ ਇੰਜਣ ਲੀਹੋਂ ਲੈ ਜਾਵੇ ਫਿਰ ਗੱਡੀ ਕਿੱਥੇ ਫੜੇਗੀ? ਰਸਤੇ ਉੱਥੇ ਖਲੋਵੇਗੀ ਨਾ, ਤੇ ਸਵਾਰੀਆਂ ਕੀ ਕਰਨਗੀਆਂ? ਫਿਰ ਕੋਈ ਰਿਸ਼ਤੇਦਾਰ ਨੂੰ ਫੋਨ ਕਰੇਗਾ, ਮੋਟਰਸਾਈਕਲ ਲਿਆ ਮੈਨੂੰ ਲੈ ਜਾ, ਗੱਡੀ ਖਰਾਬ ਹੋ ਗਈ, ਇੰਜਣ ਲੀਹੋਂ ਲੈ ਗਿਆ ਦਾਦਾ। ਕੋਈ ਟੈਕਸੀ ਕਰੇਗਾ, ਕੋਈ ਤੁਰ ਕੇ ਹੋ ਜਾਏਗਾ, ਕੋਈ ਬੱਸ ਚੜ ਜਾਏਗਾ, ਕੋਈ ਪਿਛਾ ਮੁੜ ਜਾਏਗਾ, ਗੱਡੀ ਉੱਥੇ ਖੜੀ ਰਹਿ ਜਾਏਗੀ। ਹੁਣ ਜੇ ਮੁਸਾਫਰ ਤੁਹਾਡੇ ਤਰ੍ਹਾਂ ਜ਼ਿੰਮੇਵਾਰ ਹੋਣ ਤਾਂ ਉਹ ਕਹਿਣਗੇ ਯਾਰ ਵੀ ਕਿਸੇ ਹੋਰ ਗੱਡੀ ਤੇ ਸਵਾਰ ਕਾਹਨੂੰ ਹੋਣਾ ਹੈ, ਆਪਾਂ ਇਹਦਾ ਹੀ ਕੁਛ ਕਰੀਏ ਹੱਲ। ਉਹ ਮਾਰਦੇ ਨੇ ਚਾਰਾ ਲੀਹਾਂ ਤੇ ਚੜਾਉਣ ਨੂੰ ਇੰਜਣ ਨੂੰ, ਚੜ ਜੇ ਤੇ ਫਿਰ ਤੋੜ ਲੈਂਦੇ ਨੇ, ਤੇ ਜੇ ਲੱਗੇ ਵੀ ਨਹੀਂ ਇਹਦੀਆਂ ਤਾਂ ਕਮਾਨੀਆਂ ਹੀ ਟੁੱਟ ਗਈਆਂ ਨੇ ਜੀ, ਹੁਣ ਨਹੀਂ ਚੜਨਾ, ਇਹਦੇ ਤਾਂ ਪਹੀਏ ਹੀ ਟੁੱਟ ਗਏ ਨੇ ਥੱਲਿਓਂ, ਹੁਣ ਨਹੀਂ ਸੁਧਰ ਨਹੀਂ ਆਉਣਾ। ਤੇ ਫਿਰ ਇਹੀ ਕਰਦੇ ਨਾ ਵੀ ਕਰੇਨ ਨਾਲ ਇੰਜਣ ਚੁੱਕ ਕੇ ਪਾਸੇ ਕਰਕੇ ਨਵਾਂ ਲਾ ਲੈਂਦੇ। ਹੁਣ ਜੇ ਕੋਈ ਕਹੇ ਵੀ ਕੀ ਸਬੂਤ ਹੈ ਤੁਹਾਡਾ ਨਵਾਂ ਇੰਜਣ ਨਹੀਂ ਖਰਾਬ ਹੁੰਦਾ, ਕੀ ਜ਼ਿੰਮੇਵਾਰੀ ਲੈਂਦੇ? ਜੇ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ, ਚੀਜ਼ ਦਾ ਕੀ ਹੁੰਦਾ? ਚੀਜ਼ ਤਾਂ ਲਿਆਂਦਿਆਂ ਖਰਾਬ ਹੋ ਜਾ ਸਕਦੀ ਹੈ, ਪਰ ਇਹ ਤਾਂ ਜ਼ਿੰਮੇਵਾਰੀ ਲੈਂਦੇ ਹਾਂ ਨਾ ਅਸੀਂ ਵੀ ਜੇ ਵੀ ਖਰਾਬ ਹੋ ਗਿਆ ਤੇ ਇਹਨੂੰ ਵੀ ਲਾ ਦਿਆਂਗੇ, ਨਵਾਂ ਲਾ ਲਾਂਗੇ, ਫਿਰ ਕੀ ਹੈ? ਗੱਡੀ ਨਹੀਂ ਖਲੋਣ ਦੇਣੀ, ਕੋਈ ਅਸੀਂ ਬੱਝੇ ਥੋੜਾ ਹੈ ਉਸ ਇੰਜਣ ਦੇ। ਇਹ ਸਵਾਲ ਠੀਕ ਹੈ ਵੀ ਜੇ ਇਹ ਵੀ ਖਰਾਬ ਹੋ ਗਿਆ ਤਾਂ ਇਹ ਵੀ